ਨਬੀਆਂ ਦੀ ਕਹਾਣੀ। ਇਹ ਕਹਾਣੀ ਹਜ਼ਰਤ ਆਦਮ ਤੇ ਮਾਈ ਹਵਾ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਅੱਲਾਹ ਦੀ ਬਜਾਏ ਸ਼ੈਤਾਨ ਦੀ ਆਵਾਜ਼ ਸੁਣੀ, ਉਹਨਾਂ ਨਾਫਰਮਾਨੀ ਕੀਤੀ। ਇੰਜ ਇਨਸਾਨ ਦਾ ਖੁਦਾ ਨਾਲ ਮੁਕੰਮਲ ਰਾਬਤਾ ਟੁੱਟ ਗਿਆ। ਉਹਨਾਂ ਸਭ ਤੋਂ ਪਹਿਲੇ ਗੁਨਾਹ ਦਾ ਤਜਰਬਾ ਕੀਤਾ ਤੇ ਗੁਨਾਹ ਦੀ ਵਜ੍ਹਾ ਨਾਲ ਮੌਤ ਆਈ। ਉਹਨਾਂ ਆਪਣੇ ਨੰਗੇ ਜਿਸਮ ਨੂੰ ਦਰਖਤ ਦੇ ਪੱਤਰਾਂ ਨਾਲ ਛਪਾਇਆ, ਪਰ ਅੱਲਾਹ ਉਹਨਾਂ ਤੋਂ ਖੁਸ਼ ਨਾ ਆਇਆ। ਉਸ ਪੱਤਰਾਂ ਦੀ ਜਾਏ ਉਹਨਾਂ ਨੂੰ ਜਾਨਵਰਾਂ ਦੀ ਖਾਲ ਨਾਲ ਕਜਿਆ। ਅੱਲਾਹ ਖੁਦ ਸਭ ਤੋਂ ਪਹਿਲੇ ਉਹਨਾਂ ਦੀ ਸ਼ਰਮਿੰਦਗੀ ਮਿਟਾਉਣ ਵਾਸਤੇ ਜਾਨਵਰ ਦੀ ਕੁਰਬਾਨੀ ਦਿੱਤੀ। ਹਜ਼ਰਤ ਆਦਮ ਤੇ ਹਵਾ ਦੇ ਦੋ ਬੱਚੇ ਆਏ, ਕਾਬੀਲ ਤੇ ਹਾਬੀਲ। ਕਾਬੀਲ ਅੱਲਾਹ ਦੇ ਹਜ਼ੂਰ ਖੇਤੀ ਵਿੱਚ ਜੋ ਉਗਾਉਂਦਾ ਆਇਆ ਇਸ ਨਜ਼ਰਾਨਾ ਗਿਣ ਕੇ ਆਇਆ, ਤੇ ਹਾਬੀਲ ਜਾਨਵਰ ਦੀ ਕੁਰਬਾਨੀ ਦਿੱਤੀ, ਖੂਨ ਦੀ ਕੁਰਬਾਨੀ। ਅੱਲਾਹ ਨੂੰ ਹਾਬੀਲ ਦੀ ਤਰਫੋਂ ਦਿੱਤੀ ਗਈ ਕੁਰਬਾਨੀ ਪਸੰਦ ਆਈ। ਭਲਾ ਕਿਉਂ? ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ, ਤੇ ਇਹ ਇਨਸਾਨ ਨੂੰ ਅੱਲਾਹ ਤੋਂ ਜੁਦਾ ਕਰਦਾ ਹੈ, ਤੇ ਇਸ ਦੀ ਕੀਮਤ ਜ਼ਿੰਦਗੀ ਨਾਲ ਹੀ ਚੁਗਾਈ ਜਾ ਸਕਦੀ। ਜਿਹੜਾ ਕਾਬੀਲ ਆਇਆ ਉਸ ਹਸਦ ਨਾਲ ਹਾਬੀਲ ਨੂੰ ਮਾਰ ਛੋੜਿਆ ਤੇ ਇਨਸਾਨੀਅਤ ਨੂੰ ਡੂੰਘੇ ਹਨੇਰੇ ਵਿੱਚ ਛੱਡ ਛੋੜਿਆ। ਕਈ ਸੌ ਸਾਲ ਬਾਅਦ ਚੀਜ਼ਾਂ ਹੋਰ ਬਦਤਰ ਹੋਣਗੀਆਂ, ਤੇ ਅੱਲਾਹ ਤਾਲਾ ਫਰਮਾਇਆ ਕਿ ਹੁਣ ਜ਼ਮੀਨ 'ਤੇ ਰਹਿਣ ਦਾ ਕਿਸ ਨੂੰ ਵੀ ਕੋਈ ਹੱਕ ਨਹੀਂ ਸਿਵਾਏ ਹਜ਼ਰਤ ਨੂਹ ਅਤੇ ਉਸਦੇ ਖਾਨਦਾਨ ਦੇ। ਅੱਲਾਹ ਤਾਲਾ ਹਜ਼ਰਤ ਨੂਹ ਨੂੰ ਇੱਕ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ, ਇਹ ਬਹੁਤ ਵੱਡੀ ਕਿਸ਼ਤੀ, ਅਤੇ ਨਾਲ ਹੀ ਮਨਾਦੀ ਕਰਨ ਦਾ ਵੀ ਦਿੱਤਾ। ਗੁਨਾਹ ਦੀ ਅਦਾਲਤ ਲੱਗਣ ਵਾਲੀ ਹੈ, ਅਤੇ ਬੱਚੋ, ਅੱਲਾਹ ਦੀਆਂ ਰਹਿਮਤਾਂ ਦਾ ਸਿਰਫ ਇੱਕ ਹੀ ਰਾਹ ਹੈ। ਆਸਮਾਨ ਤੋਂ ਬਾਰਿਸ਼ ਲੱਥੀ ਤੇ ਥੱਲੋਂ ਜ਼ਮੀਨ ਪਾਣੀ ਉਗਲਿਆ। ਇਸ ਅਨਹੋਨੀ ਵਾਸਤੇ ਲੋਕ ਬਿਲਕੁਲ ਤਿਆਰ ਕੌਣ ਆਏ। ਪਾਣੀ ਹਰ ਇਨਸਾਨ ਤੇ ਹੈਵਾਨ ਨੂੰ ਖਤਮ ਕਰ ਛੋੜਿਆ। ਇੰਝ ਕਰਕੇ ਦੁਨੀਆ ਆਪਣੇ ਗੁਨਾਹਾਂ ਦੀ ਵਜ੍ਹਾ ਨਾਲ ਤਬਾਹ ਹੋ ਗਈ। ਸਿਰਫ ਹਜ਼ਰਤ ਨੂਹ, ਉਹਨਾਂ ਦਾ ਖਾਨਦਾਨ ਤੇ ਉਹ ਜਾਨਵਰ ਜਿਹੜੇ ਅੱਲਾਹ ਦੇ ਹੁਕਮ ਨਾਲ ਕਿਸ਼ਤੀ ਵਿੱਚ ਲੱਦੇ ਆਏ ਬਚ ਸਕੇ। ਫਿਰ ਇਮਾਨਦਾਰਾਂ ਦੇ ਅਬੂ ਇਬਰਾਹੀਮ ਆਏ। ਅੱਲਾਹ ਤਾਲਾ ਉਹਨਾਂ ਨੂੰ ਹੁਕਮ ਦਿੱਤਾ ਕਿ ਆਪਣੇ ਪੁੱਤਰ ਨੂਹ ਨੂੰ ਪਹਾੜ ਦੇ ਉੱਤੇ ਕੁਰਬਾਨ ਕਰ ਛੋੜ। ਹਜ਼ਰਤ ਇਬਰਾਹੀਮ ਅੱਲਾਹ ਦਾ ਇਹ ਹੁਕਮ ਸੁਣ ਕੇ ਪਰੇਸ਼ਾਨ ਹੋ ਗਏ, ਫਿਰ ਵੀ ਅੱਲਾਹ ਦਾ ਹੁਕਮ ਮੰਨਿਆ। ਉਹਨਾਂ ਆਪਣੇ ਇਸ ਅਮਲ ਨਾਲ ਆਪਣੇ ਈਮਾਨ ਨੂੰ ਸਾਬਤ ਕੀਤਾ ਤੇ ਆਪਣੇ ਬੇਟੇ ਨੂੰ ਮੋਰੀਆ ਦੀ ਪਹਾੜੀ ਤੇ ਗਿਣ ਗਏ। ਪਰ ਜਿੰਝ ਹੀ ਹਜ਼ਰਤ ਇਬਰਾਹੀਮ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਲਾਹ ਉਹਨਾਂ ਨੂੰ ਰੋਕ ਛੋੜਿਆ ਤੇ ਉਹਨਾਂ ਦੇ ਬੇਟੇ ਦੀ ਜਾਈ ਇੱਕ ਜਾਨਵਰ ਰੱਖ ਛੋੜਿਆ। ਇਹ ਜਾਨਵਰ ਮੁੱਲ ਆਇਆ, ਉਸਦੇ ਬੇਟੇ ਦਾ ਸਿਲਾ ਆਇਆ। ਖੂਨ ਦੇ ਬਦਲੇ ਖੂਨ ਤੇ ਜ਼ਿੰਦਗੀ ਦੇ ਬਦਲੇ ਜ਼ਿੰਦਗੀ। 400 ਸਾਲ ਤੋਂ ਬਾਅਦ ਅੱਲਾਹ ਤਾਲਾ ਮਿਸਰ ਵਿੱਚੋਂ ਲੋਕਾਂ ਨੂੰ ਕੱਢਣ ਵਾਸਤੇ ਹਜ਼ਰਤ ਮੂਸਾ ਨੂੰ ਭੇਜਿਆ। ਫਿਰਾਉਨ ਜਿਹੜਾ ਮਿਸਰ ਦਾ ਬਾਦਸ਼ਾਹ ਆਇਆ, ਉਸ ਗੱਲ ਨਾ ਮੰਨੀ ਤੇ ਅੱਲਾਹ ਤਾਲਾ ਉਸ ਨੂੰ ਸਜ਼ਾ ਦੇਣ ਵਾਸਤੇ 10 ਆਫਤਾਂ ਨਾਜ਼ਲ। ਆਖਰੀ ਆਫਤ ਅੱਲਾਹ ਤਾਲਾ ਮੌਤ ਦੇ ਫਰਿਸ਼ਤੇ ਨੂੰ ਭੇਜਿਆ ਕਿ ਵੰਝ ਤੇ ਹਰ ਇੱਕ ਬੰਦੇ ਨੂੰ ਖਤਮ ਕਰ ਛੋੜ। ਫਿਰ ਲੋਕਾਂ ਨੂੰ ਹੁਕਮ ਦਿੱਤਾ ਗਿਆ ਕਿ ਇੱਕ ਦੰਬੇ ਦੀ ਕੁਰਬਾਨੀ ਦਿੱਤੀ ਵੰਝੇ ਤੇ ਇਸ ਦਾ ਖੂਨ ਆਪਣੇ ਘਰ ਦੀ ਚੁਖਾੜ ਤੇ ਮਲਿਆ ਵੰਝੇ। ਅਗਰ ਫਰਿਸ਼ਤੇ ਨੂੰ ਇਹ ਖੂਨ ਨਜ਼ਰ ਆਇਆ ਤੇ ਸਮਝ ਵੰਜੋ ਇਸ ਘਰ ਦੇ ਅੰਦਰ ਬੱਚੇ ਕੁਰਬਾਨੀ ਦੀ ਵਜ੍ਹਾ ਨਾਲ ਛੁੜਾਏ ਗਏ। ਯਹੂਦੀ ਹੋਣ ਜਾਂ ਮਿਸਰੀ, ਗੁਲਾਮ ਹੋਣ ਜਾਂ ਆਜ਼ਾਦ, ਅਗਰ ਖੁਦਾ ਦਾ ਹੁਕਮ ਮੰਨਦੇ ਤੇ ਉਹਨਾਂ ਦੇ ਬੱਚੇ ਬਚ ਲੈਂਦੇ। ਉਸ ਰਾਤ ਇੰਝ ਹੀ ਹੋਇਆ ਜਿਵੇਂ ਹਜ਼ਰਤ ਮੂਸਾ ਨੇ ਪੇਸ਼ਨਗੋਈ ਕੀਤੀ ਆਈ। ਮਿਸਰ ਦੇ ਹਰ ਘਰ ਵਿੱਚ ਰੋਣਾ ਧੋਣਾ ਪਿਆ ਆ, ਜਿਸ ਕੁਰਬਾਨੀ ਦੇ ਜ਼ਰੀਏ ਅੱਲਾਹ ਦੇ ਰਹਿਮ ਤੋਂ ਇਨਕਾਰ ਕੀਤਾ ਆ। ਬਾਅਦ ਵਿੱਚ ਹਜ਼ਰਤ ਮੂਸਾ ਲੋਕਾਂ ਨੂੰ ਤੋਰਾਤ ਦਿੱਤੀ, ਜਿਸ ਵਿੱਚ ਅੱਲਾਹ ਨੇ ਲੋਕਾਂ ਨੂੰ ਗੁਨਾਹਾਂ ਤੋਂ ਬਚਣ ਦਾ ਤਰੀਕਾ ਤੇ ਆਇਨ ਦਿੱਤਾ। ਗੁਨਾਹਗਾਰ ਕਾਣ ਕੋਲ ਕੁਰਬਾਨੀ ਵਾਸਤੇ ਜਾਨਵਰ ਗਿਣ ਕੇ ਵਹਿੰਦਾ ਆ ਤੇ ਉਸਦੇ ਸਿਰ ਤੇ ਹੱਥ ਰੱਖਦਾ ਆ, ਜਿਹੜੀ ਕਿ ਇਸ ਗੱਲ ਦੀ ਨਿਸ਼ਾਨੀ ਆਈ ਕਿ ਉਸਦੇ ਗੁਨਾਹ ਇਸ ਜਾਨਵਰ ਤੇ ਲੱਦੇ ਗਏ। ਫਿਰ ਉਸ ਜਾਨਵਰ ਦੀ ਕੁਰਬਾਨੀ ਦਿੱਤੀ ਵੈਂਦੀ ਆਈ। ਉਸਦੇ ਖੂਨ ਬਹਾਅ ਨਾਲ ਗੁਨਾਹਗਾਰ ਦੇ ਗੁਨਾਹ ਮਾਫ਼ ਹੋ ਜਾਂਦੇ। ਹਜ਼ਰਤ ਦਾਊਦ ਬਾਦਸ਼ਾਹ ਤੇ ਬਾਕੀ ਨਬੀਆਂ
ਮੂਸਾ ਦੀ ਤਰਫੋਂ ਦਿੱਤੀ ਗਈ ਤੌਰਾਤ ਦੀ ਪੈਰਵੀ ਕੀਤੀ। ਪਰ ਉਹ ਹੈਰਾਨ ਰਹੇ ਕਿ ਆਇਆ ਜਾਨਵਰਾਂ ਦੀ ਕੁਰਬਾਨੀ ਨਾਲ ਵਾਕਈ ਇਨਸਾਨ ਦੇ ਗੁਨਾਹ ਮਾਫ ਹੋ ਸਕਦੇ ਹਨ, ਜਾਂ ਇਹ ਅਲਾਮਤਾਂ ਤੇ ਨਿਸ਼ਾਨ ਮੁਸਤਕਬਿਲ ਦੀ ਤਰਫ ਇਸ਼ਾਰਾ ਪੇ ਕਰ ਰਹੇ ਨੇ। ਹਜ਼ਰਤ ਦਾਊਦ ਦੌਰਾਨ ਮੁਸਤਕਬਿਲ ਵਿੱਚ ਆਉਣ ਵਾਲੇ ਇੱਕ ਬਾਦਸ਼ਾਹ ਹਜ਼ਰਤ ਈਸਾ ਦੀ ਪੇਸ਼ਗੋਈ ਕੀਤੀ, ਜਿਹੜਾ ਹਜ਼ਰਤ ਦਾਊਦ ਦੀ ਨਸਲ ਵਿੱਚੋਂ ਸੀ ਤੇ ਆਪਣੇ ਕੁਦਰਤ ਤੇ ਤਾਕਤ ਨਾਲ ਹਕੂਮਤ ਕਰੀ ਸੀ ਤੇ ਬਹੁਤ ਨਰਮ ਦਿਲ ਤੇ ਆਜਜ਼ ਸੀ। ਹਜ਼ਰਤ ਈਸਾ ਬੇਗੁਨਾਹ, ਕਾਮਿਲ, ਮਾਸੂਮ ਤੇ ਬੇਕਸੂਰ ਸਨ ਔਰ ਦੁੱਖ ਬਰਦਾਸ਼ਤ ਕਰੇ ਸਨ ਤੇ ਵਫਾਤ ਪਾ ਲਏ ਸਨ। ਇਹ ਉਹਨਾਂ ਦੀ ਮੁਕੰਮਲ ਕੁਰਬਾਨੀ ਸੀ ਤੇ ਇਹ ਵਾਲੀ ਕੁਰਬਾਨੀ ਸਭ ਤੋਂ ਵੱਡੀ। ਹਜ਼ਰਤ ਈਸਾ ਜਾਨਵਰਾਂ ਦੇ ਬਾੜ ਵਿੱਚ ਪੈਦਾ ਹੋਏ ਕਿਉਂਕਿ ਕਿਸੇ ਹੋਰ ਕੋਲ ਇਹਦੀ ਜਾ ਹੀ ਕੋਈ ਨਹੀਂ। ਇੱਕ ਗੰਵਾਰੀ ਵਿੱਚੋਂ ਪੈਦਾ ਹੋਏ ਜਿਹੜੀ ਕਿ ਬਹੁ ਪਾਕ ਦਾਮਨ ਕਿਸਮ ਦੀ ਔਰਤ ਆਈ। ਇੱਕ ਸ਼ਹਾਨਾ ਕਿਸਮ ਦਾ ਗਾਰ ਜਿਹੜਾ ਬਹੁ ਗਰੀਬ ਆਇਆ ਦਾਊਦ ਬਾਦਸ਼ਾਹ ਦੇ ਨਸਲ ਵਿੱਚੋਂ। ਗਰੀਬ ਚਰਵਾਏ ਤੇ ਮਸ਼ਰਕ ਤੋਂ ਬਹੁ ਅਮੀਰ ਮਜੂਸੀ ਇਸ ਬੱਚੇ ਨੂੰ ਤੱਕਣ ਆਏ ਤੇ ਉਹਨਾਂ ਗਵਾਹੀ ਦਿੱਤੀ ਕਿ ਬੇਸ਼ੱਕ ਆਉਣ ਵਾਲਾ ਮਸੀਹ ਇਹ ਹੀ ਹੈ ਜਿਸ ਦਾ ਵਾਅਦਾ ਕਿਤਾਬ ਵਿੱਚ ਕੀਤਾ ਗਿਆ। ਹਜ਼ਰਤ ਈਸਾ ਹੋਰਾਂ ਮੁਹੱਬਤ, ਅਮਨ, ਸਕੂਨ ਤੇ ਇਨਸਾਨੀਅਤ ਦਾ ਦਰਸ ਦਿੱਤਾ ਔਰ ਬੜੇ ਸ਼ਰੀਫ ਤਰਖਾਣ ਆਏ, ਨਾਲ ਹੀ ਬਹੁਤ ਜ਼ਬਰਦਸਤ ਫਲਸਫੀ ਵੀ ਆਏ। ਉਹਨਾਂ ਮਜ਼ਹਬੀ ਰਿਆਕਾਰਾਂ ਦੀ ਭੋਂ ਮੜ ਕੇ ਮੁਖਾਲਫਤ ਕੀਤੀ ਜਿਹੜੇ ਖੁਦਾ ਨਾਲ ਮੁਹੱਬਤ ਦੀ ਬਜਾਏ ਆਪਣੀ ਮਜ਼ਹਬੀ ਰਸਮ ਰਿਵਾਜ ਦੀ ਜ਼ਿਆਦਾ ਪਰਵਾਹ ਕਰਦੇ ਆਏ। ਉਹਨਾਂ ਨਾਬੀਨਿਆਂ, ਦੌਰਿਆਂ, ਮਜ਼ੂਰਾਂ ਤੇ ਗੰਦੀ ਰੂਹਾਂ ਵਿੱਚ ਫਸੇ ਲੋਕਾਂ ਨੂੰ ਸ਼ਿਫਾ ਦਿਲਵਾਈ। ਇਤਨਾ ਹੀ ਨਹੀਂ ਬਲਕਿ ਉਹਨਾਂ ਮੁਰਦੇ ਨੂੰ ਵੀ ਜ਼ਿੰਦਾ ਕੀਤਾ। ਇੱਕ ਬੇਘਰ ਆਦਮੀ ਤੇ ਗੈਰ ਆਬਾਦ ਇਲਾਕੇ ਵਿੱਚ ਰਹਿਣ ਵਾਲਾ ਉਸਤਾਦ ਖੁਦਾ ਨਾਲ ਪਿਆਰ ਕਰਨ ਵਾਲਿਆਂ ਵਾਸਤੇ ਬਹੁਤ ਵੱਡੀ ਖੁਸ਼ੀ ਕਿ ਉਹ ਲੋਕ ਖੁਸ਼ਗਵਾਰ ਤੇ ਇਤਮਿਨਾਨ ਬਖਸ਼ ਜ਼ਿੰਦਗੀ ਗੁਜ਼ਾਰ ਸਕਣ। ਹਜ਼ਰਤ ਈਸਾ ਖੁਦਾ ਨੂੰ ਬਾਪ ਆਖਿਆ ਤੇ ਨਸਲ ਇਨਸਾਨੀ ਨੂੰ ਤਕਾਇਆ ਕਿ ਕਦਰੇ ਮੁਤਲਕ ਸਵਨ ਬਾਪ ਦੀ ਤਰ੍ਹਾਂ ਪਿਆਰ ਕਰਨ ਦਾ ਵੇ। ਖੁਦਾ ਇਨਸਾਨ ਨਾਲ ਆਪਣੇ ਬਚਨ ਦੀ ਤਰ੍ਹਾਂ ਪਿਆਰ ਕਰਨਾ ਚਾਹੁੰਦਾ ਆਇਆ, ਪਰ ਇੱਕ ਮਸਲਾ ਆਇਆ, ਇਨਸਾਨ ਗੁਨਾਹਗਾਰ ਆਇਆ ਜਦਕਿ ਖੁਦਾ ਦੀ ਜ਼ਾਤ ਤੇ ਪਾਕ ਇਨਸਾਨ ਦਾ ਗੁਨਾਹ ਹਜ਼ਰਤ ਆਦਮ ਤੋਂ ਸ਼ੁਰੂ ਹੋਇਆ ਜਿਸ ਇਨਸਾਨੀਅਤ ਨੂੰ ਖੁਦਾ ਤੋਂ ਅਲੱਗ ਕਰ ਛੋੜਿਆ ਤੇ ਹਜ਼ਰਤ ਮਸੀਹ ਜਾਣਦੇ ਕਿ ਇਸ ਤਲਕ ਨੂੰ ਜੋੜਨ ਵਾਸਤੇ ਉਹਨਾਂ ਨੂੰ ਕੀ ਕਰਨਾ ਸੀ। ਹਜ਼ਰਤ ਯਕਸ਼ਾਵਰਾਂ ਹਜ਼ਰਤ ਈਸਾ ਦੇ ਬਾਰੇ ਵਿੱਚ ਇੰਜ ਪੇਸ਼ਨ ਗੁਈ, ਤਪੋ ਉਹ ਖੁਦਾ ਦਾ ਭਰਾ ਜਿਹੜਾ ਸਾਰੇ ਜਹਾਨ ਦੇ ਗੁਨਾਹ ਮਿਟਾ ਛੁੜਿਆਂਦਾ। ਹਜ਼ਰਤ ਈਸਾਈ ਮਸੀਹ ਆਏ, ਚੁਣੇ ਹੋਏ, ਉਸ ਵੱਡੀ ਕੁਰਬਾਨੀ ਵਾਸਤੇ ਚੁਣੇ ਹੋਏ। ਉਸ ਕਦੇ ਵੀ ਗੁਨਾਹ ਨਹੀਂ ਕੀਤਾ। ਉਹ ਪਾਕ, ਸਾਫ, ਮੁਕੰਮਲ, ਗੁਨਾਹ ਦੀ ਕੀਮਤ ਦੇਣ ਵਾਸਤੇ ਮੁਕੰਮਲ ਆਏ। ਇੱਕ ਮਾਸੂਮ ਨੂੰ ਗੁਨਾਹ ਦੇ ਬਦਲੇ ਵਿੱਚ ਦਿੱਤਾ ਗਿਆ, ਪਾਕ ਉਹ ਸਾਫ ਗੁਨਾਹਗਾਰ ਲੋਕਾਂ ਦੇ ਬਦਲੇ ਦਿੱਤਾ ਗਿਆ। ਉਸ ਇਹ ਕੰਮ ਬਾਪ ਵਾਸਤੇ ਕੀਤਾ, ਗੁਨਾਹਗਾਰ ਇਨਸਾਨੀਅਤ ਵਾਸਤੇ ਸਬਕ ਦਿੱਤਾ ਕਿ ਉਹਨਾਂ ਨੂੰ ਗੁਨਾਹ ਦੀ ਗੁਲਾਮੀ ਤੋਂ ਆਜ਼ਾਦ ਕਰਾਏ ਤੇ ਇਸ ਤਲਕ ਨੂੰ ਬਹਾਲ ਕਰੇ ਜਿਹੜਾ ਹਜ਼ਰਤ ਆਦਮ ਦੀ ਵਜ੍ਹਾ ਨਾਲ ਟੁੱਟ ਗਿਆ ਆ ਤੇ ਅੱਲਾ ਨਾਲ ਮੁਕੰਮਲ ਰਿਸ਼ਤਾ ਕਾਇਮ ਕਰੇ। ਹਜ਼ਰਤ ਈਸਾ ਮਸੀਹ ਸਲੀਬ ਤੇ ਮਰੇ ਨੇ, ਨਾ ਕਿ ਯਹੂਦੀਆਂ ਤੇ ਰੋਮੀਆਂ ਦੇ ਹੱਥੋਂ, ਬਲਕਿ ਖੁਦਾ ਦੀ ਖਾਤਰ, ਆਪਣੇ ਬਾਪ ਦੀ ਖਾਤਰ। ਖੁਦਾ ਹਜ਼ਰਤ ਈਸਾ ਨੂੰ ਕੁਰਬਾਨ ਕੀਤਾ ਆਪਣੀ ਪੇਸ਼ਨਗੋਈ ਨੂੰ ਪੂਰਾ ਕਰਨ ਵਾਸਤੇ ਕਿ ਵੇਖੋ ਇਹ ਅੱਲਾ ਦਾ ਦੁੰਬਾ ਹੈ ਜਿਹੜਾ ਸਾਰੇ ਜਹਾਨ ਦੇ ਗੁਨਾਹਾਂ ਨੂੰ ਚਾਹ ਕੇ ਗਿਣ ਲੈਂਦਾ ਹੈ, ਡੈਂਡੇ ਵੀ ਮੈਂਡੇ ਵੀ। ਪਰ ਉਹ ਉੱਥੇ ਤੱਕ ਹੀ ਨਹੀਂ ਰੁਕਿਆ। ਤਰੇ ਦਿਨਾਂ ਤੋਂ ਬਾਅਦ ਖੁਦਾ ਹਜ਼ਰਤ ਈਸਾ ਨੂੰ ਜ਼ਿੰਦਾ ਕੀਤਾ, ਮਸੀਹ ਨੂੰ ਮੁਰਦਿਆਂ ਵਿੱਚੋਂ। ਉਹਨਾਂ ਤੇ ਜਿਹੜੇ ਈਮਾਨ ਰੱਖਦੇ ਨੇ ਉਹਨਾਂ ਨਾਲ ਇੱਕ ਵਾਅਦੇ ਦੇ ਤੌਰ ਤੇ ਕਿ ਉਹ ਬੇ ਅਬਦੀ ਜ਼ਿੰਦਗੀ ਵਾਸਤੇ ਇੱਕ ਵਾਰ ਫਿਰ ਜ਼ਿੰਦਾ ਹੋ ਸਕੇ। ਉਸ ਤੋਂ ਬਾਅਦ ਹਜ਼ਰਤ ਮਸੀਹ ਆਪਣੇ ਸ਼ਾਗਿਰਦਾਂ ਨਾਲ ਇੱਕ ਵਾਅਦਾ ਕੀਤਾ ਕਿ ਉਹ ਦੁਬਾਰਾ ਵਾਪਸ ਆਉ ਸਨ, ਪਰ ਉਸ ਵਾਰੀ ਇੱਕ ਇਨਸਾਫ ਕਰਨ ਵਾਲਾ ਤੇ ਬਾਦਸ਼ਾਹ ਦੀ ਸੂਰਤ। ਮਸੀਹ ਇਨਸਾਨੀਅਤ ਵਾਸਤੇ ਖੁਦਾ ਦਾ ਤੂਫਾਨ ਕਿ ਉਹ ਆਪਣੇ ਗੁਨਾਹਾਂ ਨਾਲ ਨਾ ਮਰਨ ਤੇ ਖੁਦਾ ਨਾਲੋਂ ਵੱਖਰੇ ਨਾ ਹੋਣ। ਪਰ ਹਜ਼ਰਤ ਈਸਾ ਨੂੰ ਕਬੂਲ ਕਰਨੇ ਤੇ ਉਸ ਦੀ ਕੁਰਬਾਨੀ ਤੁਹਾਡੇ ਤਲਕ ਨੂੰ ਖੁਦਾ ਨਾਲ ਮੁਕੰਮਲ ਤੌਰ ਤੇ ਜੁੜੇਂਦੀ ਹੈ, ਪਰ ਕਿਸੇ ਵੀ ਦੂਜੇ ਤੋਹਫੇ ਦੀ ਤਰ੍ਹਾਂ ਇਹ ਟੈਂਡਾ ਨਹੀਂ ਹੋ ਸਕਦਾ
ਜਿਸ ਵਕਤ ਤੱਕ ਤੂੰ ਉਸਨੂੰ ਵਸੂਲ ਨਹੀਂ ਕਰ ਦਿੰਦਾ।